ਹਾਂਜੀ ਅੱਜ ਆਪਾਂ ਗੱਲ ਕਰਾਂਗੇ ਨਵੀਂ ਪੰਜਾਬੀ ਫਿਲਮ स्नो ਮੈਲ ਨਾਲ ਬਾਰੇ ਕਿ ਇਹ ਫਿਲਮ ਵਿੱਚ ਕੌਣ ਕੌਣ ਰੋਲ ਕਰ ਰਹੇ ਹਨ ਇਸ ਨੇ ਲਿਖੀ ਹੈ ਤੇ ਕੌਣ ਡਾਇਰੈਕਟ ਕਰ ਰਿਹਾ ਤੇ ਕੌਣ ਪ੍ਰੋਡਿਊਸ ਕਰ ਰਿਹਾ ਹੈ ਇਹ ਫਿਲਮ ਲਿਖੀ ਗਈ ਹੈ ਰਣਾਨਵੀਰੀ ਵੱਲੋਂ ਜੋ ਕਿ ਪੰਜਾਬੀ ਫਿਲਮਾਂ ਕਾਫੀ ਲਿਖਦੇ ਹਨ ਅਤੇ ਇਹ ਇਹਨਾਂ ਨੇ ਇੱਕ ਫਿਲਮ ਲਿਖੀ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਰੀਆਂ ਪੰਜਾਬੀ ਫਿਲਮਾਂ ਵਾਂਗ ਕੋਈ हट ਕੇ ਫਿਲਮ ਹੈ ਨਾ ਹੀ ਸੋਚਣੀ ਕਮੇਡੀ ਹੈ ਮਤਲਬ ਕਮੇਡੀ ਤੋਂ ਵੱਖਰੀ ਫਿਲਮ ਕਿਉਂਕਿ ਪੰਜਾਬੀ ਫਿਲਮਾਂ ਵਿੱਚ ਜਿਆਦਾਤਰ ਕਮੇਡੀ ਹੀ ਹੁੰਦੀ ਹੈ ਲੇਕਿਨ ਇਸ ਫਿਲਮ ਵਿੱਚ ਕਮੇਡੀ ਵਾਲਾ ਕੋਈ ਸੀਨ ਨਹੀਂ ਹੋਵੇਗਾ ਤੇ ਇਹ ਡਾਇਰੈਕਟ ਕੀਤੀ ਗਈ ਹੈ ਅਮਨ ਖੱਤਰ ਅਤੇ ਉਹਨਾਂ ਨੇ ਹੀ ਪ੍ਰੋਡਿਊਸ ਕੀਤੀ ਹੈ ਸਾਇਦ ਉਹਨਾਂ ਨੇ ਇਸ ਤੋਂ ਪਹਿਲਾਂ ਕਾਫੀ ਫਿਲਮਾਂ ਪ੍ਰੋਡਿਊਸ ਕੀਤੇ ਹੋਏ ਹਨ ਇੱਕ ਤਾਂ ਮੈਨਿਸਾਬ ਨਾਲ ਅਰਦਾਸ ਕੀਤੀ ਗਈ ਹੈ ਇੱਕ ਅੱਧੀ ਫਿਲਮ ਹੋਰ ਕੀਤੀ ਹੈ ਤੇ ਇਸ ਵਿੱਚ ਮੇਨ ਲੀਡ ਵਿੱਚ ਜਿਹੜੇ ਜਿਹੜੇ ਮੇਨ ਲੀਡ ਉਹ ਦੱਸ ਦੇਣਾ ਕਿ ਜੈਜੀਵੀਨ ਨੀਰੂ ਆਜਪਾ ਰਾਣਾ ਨਵੀਰ ਖੋਦ ਅਤੇ ਇੱਕ ਹੋਰ ਕੋਸਟਾਰਨ ਉਹਨਾਂ ਦਾ ਨਾਮ ਨਹੀਂ ਜਾਣਦਾ ਮੈਂ ਵੀਡੀਓ ਦੇ ਲਈ ਮੈਂਸ਼ਨ ਕਰ ਦਵਾਂਗਾ ਤੇ ਇਹ ਫਿਲਮ ਕਹਿੰਦੇ ਹਨ ਕਿ ਪੰਜਾਬੀ ਫਿਲਮਾਂ ਵਿੱਚ ਇੱਕ ਨਵੀਂ ਚੀਜ਼ ਲੈ ਕੇ ਆਵੇਗੀ ਨਵਾਂ ਟਰੈਂਡ ਲੈ ਕੇ ਆਵੇਗੀ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਪੰਜਾਬੀ ਫਿਲਮਾਂ ਵਿੱਚ ਕ੍ਰਿਮੀਨਲ ਆ ਰਿਹਾ ਹੈ ਥੋੜਾ ਥੋੜਾ ਤੇ ਕਮੇਡੀ ਗੱਲ ਦਾ ਪਰਮਨੈਂਟ ਹੈ ਜੋ ਕਿ ਕਦੇ ਜਾਣ ਨਹੀਂ ਰਿਹਾ ਮੈਂ ਚਾਹਣਾਗਾ ਕਿ ਇਹ ਫਿਲਮ ਨੂੰ ਬਹੁਤ ਜ਼ਿਆਦਾ ਸਪੋਰਟ ਕਰੋ ਕਿਉਂਕਿ ਕਮੇਡੀ ਫਿਲਮਾਂ ਤੋਂ ਅਸੀਂ ਅੱਕ ਚੁੱਕੇ ਹਾਂ ਤੇ ਦੂਜੀ ਕ੍ਰਿਮੀਨਲ ਕ੍ਰਿਮੀਨਲ ਫਿਲਮ ਜਿੱਦਾਂ ਮੰਨ ਰਹੇ ਹਨ ਉਹ ਠੀਕ ਹੈ ਵੀ ਨਵੀਂ ਸੋਚ ਆ ਰਹੀ ਹੈ ਪਰ ਫਿਰ ਵੀ ਉਹ ਹਰੇਕ ਉਹੀ ਬਲ ਜਾ ਰਿਹਾ ਹੈ ਕਿ ਨਹੀਂ ਸਟੂਫ ਫਿਲਮ ਇੱਕ ਅਲੱਗ ਫਿਲਮ ਹੋਊਗੀ ਨਾ ਇਹ ਕ੍ਰਿਮੀਨਲ ਲਈ ਨਹੀਂ ਕਿ ਮੀ ਡੀ ਐਮ ਐਕਸ ਯਾ ਹੋਵੇਗਾ ਉਸ ਬਾਕੀ ਫਿਲਮ ਆਉਣ ਤੋਂ ਬਾਅਦ ਪਤਾ ਲੱਗੂਗਾ ਤੇ ਇਸ ਫਿਲਮ ਵਿੱਚ ਨੀਰੂ ਵਾਇਵਾ ਮੇਨ ਲੀਡ ਵਿੱਚ ਹੋਣਗੇ ਤੇ ਨਾਲ ਰਣਨਵੀਰ ਤੇ ਨਾਲ ਜੈਜੀ ਵੀ ਤੋਂ ਬੈਸਟ ਆਫ ਲੱਕ ਫਿਲਮ ਨੂੰ ਜਲਦ ਤੋਂ ਜਲਦੀ 2 ਦਸੰਬਰ ਨੂੰ ਰਿਲੀਜ਼ ਹੋਵੇਗੀ ਸਾਰਿਆਂ ਨੇ ਦੇਖਣ ਨੂੰ ਜ਼ਰੂਰ ਜਾਣਾ ਤੇ ਆਪਣਾ ਕਮੈਂਟ ਆ ਕੇ ਰਿਵਿਊ ਕਰਾਂਗੇ ਆਪਾਂ ਤੇ ਉਸ ਸਮੇਂ ਵੀਡੀਓ ਵਿੱਚ ਵੀ ਇਹ ਕੀ ਮਿਕ ਫਿਲਮ ਸੀਗੀ ਦੱਸਾਂਗੇ ਤੇ ਰਿਵਿਊ ਵੀ ਕਰਾਂਗੇ ਆਪਾਂ ਚੈਨਲ ਤੇ ਮਿਲਦੇ ਹਾਂ ਅਗਲੀ ਵੀਡੀਓ 'ਚ ਧੰਨਵਾਦ